ਮੈਂ ਕੀ ਮੂੰਹ ਚ ਬੁੜਬੁੜ ਕਰਦੀ ਆ, ਮੇਰੇ ਸਾਹਮਣੇ ਆ ਕੇ ਬੋਲ ਕੀ ਬੋਲਣਾ? ਨਾ ਨਾ ਬੇਬੇ ਜੀ, ਮੈਂ ਭਲਾ ਕੀ ਬੋਲਣਾ, ਆ ਮੈਂ ਤਾਂ ਆਈ ਸੋਚੀ ਜਾਂਦੀ ਸੀਗੀ ਵੀ ਵਧੀਆ ਹੋ ਗਿਆ ਉੱਤੋਂ ਤੁਸੀਂ ਥੱਲੇ ਆ ਗਏ, ਆ ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਗਿਆ, ਬਾਰੇ ਬਾਰੇ ਜਾਵਾਂ ਧਰਮ ਰਾਜ ਤੋਂ, ਆ ਜਿਹਨੇ ਤੂੰ ਵਾਪਸ ਕਰਤੀ ਬੇਬੇ, ਬਾਹਲੀ ਖੁਸ਼ੀ ਹੋਈ ਪਈ ਆ ਸੱਚੀ ਮੈਂ ਤਾਂ। ਲੈ ਦੱਸ ਹਲੇ ਤੱਕ ਇਹ ਤਾਂ ਰੋਟੀ ਨਹੀਂ ਬਣੀ, ਦੇਖਣਾ ਸੀ ਵੀ ਕਰਦੀ ਕੀ ਮਹਾਰਾਣੀ। ਲੈ ਜੀ ਮੈਂ ਕਰਦੀ ਨੇ ਪ੍ਰੈਸ, ਇਹਦੇ ਚ ਕਿੱਡੀ ਕੀ ਗੱਲ ਆ। ਲੈ ਪੁੱਤ ਤੈਨੂੰ ਛੱਡ, ਮੈਨੂੰ ਤਾਂ ਉਹਦੇ ਪਤਾ ਲੱਗ ਗਿਆ ਸੀਗਾ ਜਦੋਂ ਉਹ ਇੱਕੇ ਦਮ ਬੋਲੀ, ਤਾਂ ਹੀ ਤਾਂ ਮੈਂ ਦਬਾ ਦਬ ਦੇਖਾਂ ਵੀ ਇਹਨੂੰ ਕੀ ਹੋ ਗਿਆ। ਬਾਬਾ ਜੀ ਸਾਡੇ ਘਰ ਦਾ ਐਸਾ ਇਲਾਜ ਕਰੋ, ਐਸਾ ਇਲਾਜ ਕਰੋ ਕਿ ਸਾਰਾ ਘਰ ਨਾ ਹਸੂ ਹਸੂ ਕਰੇ ਬਸ। ਦੇਖੀ ਭਗਤ ਨੀ ਏ। ਇੱਕ ਗੱਲ ਹੋਰ ਬਾਬਾ ਜੀ, ਪਰ ਚੱਲੇ ਮੇਰੀ ਪੂਰੀ ਇੱਥੇ, ਮੇਰੀ ਚੱਲੇ ਘਰ ਚ। ਅੱਛਾ ਹਾਂ ਠੀਕ ਆ ਭਗਤ ਨੀ ਏ, ਸਭ ਕੁਝ ਤੇਰੇ ਪਾਸ ਚ ਹੀ। ਆ ਗਏ ਆ ਗਏ ਬਾਬਾ ਜੀ ਆ ਗਏ। ਬਾਬੇ ਜੀ ਕੌਣ? ਮੈਂ ਤਾਂ ਵੇਖੇ ਨਹੀਂ, ਪਹਿਲੀ ਵਾਰ ਦੇਖੇ ਆ, ਅੱਗੇ ਤਾਂ ਕਦੇ ਆਏ ਨਹੀਂ ਹੈਗੇ, ਲੱਗਦਾ ਬੁੜੀ ਨੇ ਕੋਈ ਨਵਾਂ ਡਰਾਮਾ ਕੀਤਾ। ਚੱਲ ਕੋਈ ਨਾ ਦੇਖਦੇ ਆ ਕੀ ਬਣਦਾ। ਓਏ ਆ ਜਾ ਆ ਜਾ, ਕੀ ਕਰਦੀ ਇੱਥੇ ਖੜੀ, ਛੱਡ ਦੇ ਇਸ ਕੁੜੀ ਦਾ ਸਰੀਰ, ਕੀ ਮੰਗਦੀ ਆ ਤੂੰ? ਅੱਛਾ ਤਾਂ ਇਹ ਗੱਲ ਆ, ਚੱਲ ਵੀ ਜੱਸੀ ਆ ਜਾ ਆਪਦੇ ਅਸਲੇ ਰੰਗ ਚ। ਨਾ ਤੂੰ ਕੌਣ ਹੁੰਦਾ ਮੈਨੂੰ ਐ ਬੋਲਣ ਵਾਲਾ, ਨਾਲੇ ਮੈਨੂੰ ਘਰੋਂ ਕੱਢਣ ਵਾਲਾ, ਇਹ ਮੇਰਾ ਘਰ ਆ ਤੇ ਮੈਂ ਇੱਥੇ ਹੀ ਰਹੂੰ, ਤੂੰ ਨਿਕਲ ਇੱਥੋਂ। ਉਹ ਭਗਤਾ ਇਹ ਤਾਂ ਬਹੁਤ ਖਤਰਨਾਕ ਪ੍ਰੇਤ ਆ, ਇਹ ਤਾਂ ਛੇਤੀ ਤੋਂ ਛੇਤੀ ਇਲਾਜ ਕਰਨਾ ਪਊਗਾ। ਉਹ ਬਾਬਾ ਤਾਂ ਹੀ ਤਾਂ ਤੈਨੂੰ ਬੁਲਾਇਆ ਗਾ ਵੀ ਕੋਈ ਹੱਲ ਕੱਢੋ, ਤਾਂ ਹੀ ਤੁਹਾਨੂੰ ਬੁਲਾਇਆ ਇੱਥੇ। ਇਹਦਾ ਇੱਕੋ ਇੱਕ ਇਲਾਜ ਆ, ਇਹਦੇ ਪਹਿਲਾਂ ਅਸੀਂ ਥੌੜਾ ਪਾਵਾਂਗੇ, ਫਿਰ ਤੁਹਾਨੂੰ ਵੱਡੀ ਪੂਜਾ ਕਰਾਉਣੀ ਪਊਗੀ, ਉਸ ਪੂਜਾ ਤੇ ਥੋੜਾ ਖਰਚਾ ਆਊਗਾ। ਦੱਸੋ ਕਿੰਨਾ ਕੁ ਖਰਚਾ ਆਊਗਾ? ਆਹੀ ਕੁਛ 5,000 ਰੁਪਿਆ ਖਰਚਾ ਆਊਗਾ। ਅੱਛਾ ਬਾਬਾ ਕੋਈ ਨਾ ਦੇ ਦਾਂਗੇ ਬਾਬਾ 5,000। ਹਾਂ 5,000 ਭਾਤਾ ਮੈਨੂੰ ਨਹੀਂ ਦੇਣਾ, ਮੇਰੇ ਚੇਲੇ ਨੂੰ ਫੜਾ ਦਿਓ, ਮੈਨੂੰ ਤਾਂ ਕੋਈ ਮੂੰਹ ਮਾਇਆ ਨਾ ਮੂੰਹ ਨਹੀਂ ਹੈਗਾ, ਇਹਨਾਂ ਨੂੰ ਫੜਾ ਕੇ ਤੇ ਅਸੀਂ ਕੱਲ ਨੂੰ ਸਮਾਨ ਲਿਆਵਾਂਗੇ। ਸੋਨੂੰ ਸਮਾਨ ਤਾਂ ਨਹੀਂ ਕਿਹਾ, ਤੁਸੀਂ ਕੁਛ ਅਧੂਰਾ ਛੱਡ ਦੋਗੇ ਤੇ ਅਧੂਰਾ ਛੁੱਟ ਗਿਆ ਤੇ ਸਮਝੋ ਕੰਮ ਗਿਆ। ਕੋਈ ਨਾ ਬਾਬਾ ਪੈਸੇ ਤਾਂ ਮੈਂ ਦੇ ਦੇਣਾ, ਮੈਂ ਤਾਂ ਜੇਬ ਚ ਹੀ ਪਾਈ ਫਿਰਦਾ, ਕਰ ਲਵੇ ਠੀਕ ਹੈ। ਬਾਬਾ ਜੀ ਅਸੀਂ ਤਾਂ ਇੰਨੇ ਦੁਖੀ ਹੋਏ ਪਏ ਆ, ਸਾਨੂੰ ਪੈਸਿਆਂ ਤੋਂ ਕੋਈ ਗੱਲ ਨਹੀਂ, ਚਾਹੇ 4 ਰੁਪਏ ਵੱਧ ਲੱਗ ਜਾਣ ਪਰ ਚੰਦਰਾ ਸਾਡੇ ਘਰ ਦਾ ਇਲਾਜ ਹੋ ਜਾਏ। ਸਭ ਠੀਕ ਹੋ ਜੂ ਭਾਤ ਨਹੀਂ ਹੈ, ਕਿਉਂ ਚਿੰਤਾ ਕਰਦੀਆਂ? ਆ ਲਓ ਬਾਬਾ ਜੀ ਪੂਰਾ 5,000 ਰੁਪਏ। ਉਹ ਨਾ ਨਾ ਭਾਤਾ, ਅਸੀਂ ਮੂੰਹ ਮਾਇਆ ਤੋਂ ਬਹੁਤ ਦੂਰ ਆ, ਤੈਨੂੰ ਪਹਿਲਾਂ ਵੀ ਸਮਝਾਤਾ ਸਾਡੇ ਚੇਲਿਆਂ ਨੂੰ ਫੜਾਓ ਮਾਇਆ, ਫੜ ਭਗਤਾ। ਲਓ ਬਾਬਾ ਜੀ ਪੂਰਾ 5,000 ਰੁਪਏ। ਬਾਬਾ ਜੀ ਥੋੜਾ ਮੋਟਾ ਲੈਸ ਹੋ ਜੂਗਾ? ਬੀਬਾ ਤੂੰ ਇੱਥੇ ਸੂਟ ਖਰੀਦਣ ਨਹੀਂ ਆਈ ਹੈਗੀ? ਚਲ ਬਾਬਾ ਜੀ ਇਲਾਜ ਕਰ ਦਿਓ ਬਸ। ਲਾ ਸੋਡਾ ਹੋਜੂ, ਆ ਭਗਤ ਨਹੀਂ ਹੈ ਇੱਧਰ ਆ ਤੇਰੇ ਪਾਈਏ ਥੋੜਾ। ਬੋਲੋ ਲੱਖ ਨਿਰੰਜਨ, ਬੋਲੋ ਬਾਬਿਆਂ ਦੀ ਜੈ। ਲੈ ਭਗਤ ਨਹੀਂ ਹੈ ਆ ਫੜ, ਰਾਤ ਨੂੰ ਗੁੱਡੀ ਦੇ ਸਿਰਾਣੇ ਧਰਦੀ, ਭੂਤ ਪ੍ਰੇਤ ਕਿਧਰੇ ਜਾਣਗੇ 10 ਮਿੰਟ ਲਈ। ਚਲ ਭਗਤ। ਬੋਲੋ ਲੱਖ ਨਿਰੰਜਨ। ਜੈ ਬਾਬਾ ਜੀ ਦੀ, ਜੈ ਬਾਬਾ ਜੀ ਦੀ। ਲੈ ਮੇਰੇ ਵਾਰੀ 5 ਨਹੀਂ ਨਿਕਲਦੀ ਇਹਨਾਂ ਕੋਲੋਂ, ਕਿਵੇਂ 5,000 ਬਾਬੇ ਦੇ ਹੱਥੇ ਧਰਤਾ, ਤੁਸੀਂ ਵੀ ਐਂ ਲੋਟ ਆਉਣੇ ਹੋ? ਮੇਰਾ ਕਰਨਗੇ ਇਲਾਜ ਇਹ, ਕਿਤੇ ਕੁਛ ਹੋਰ। ਜੈ ਬਾਬਾ ਜੀ ਦੀ, ਜੈ ਹੋ ਬਾਬਾ ਜੀ ਦੀ। ਵੇ ਪੁੱਤ ਮੈਨੂੰ ਤਾਂ ਬਾਬੇ ਬਾਹਲੇ ਪਹੁੰਚੇ ਹੋਏ ਲੱਗਦੇ ਨੇ,
ਖਾਸੀ ਕਰਨੀ ਵਾਲੇ ਲੱਗਦੇ ਨੇ। ਉਹ ਮਾ ਤਾਂ ਹੀ ਤਾਂ ਲੈ ਕੇ ਆਇਆ ਸੀਗਾ, ਇਹ ਤਾਂ ਬਾਲੇ ਅੰਤਰ ਜਾਮੀ ਨੇਗੇ, ਬਹੁਤ ਦੂਰ ਦੂਰ ਤੱਕ ਨਾਮ ਚੱਲਦਾ ਇਹਨਾਂ ਦਾ ਬਾਬਿਆਂ ਦਾ। ਵੇ ਪੁੱਤ ਬਸ ਇੱਕ ਵਾਰ ਘਰ ਦਾ ਇਲਾਜ ਹੋ ਜੇ, ਤੂੰ ਫੇਰ ਵੇਖੀ ਨਾਲੇ ਜਿਵੇਂ ਬਾਬੇ ਕਹਿ ਕੇ ਗਏ ਆ ਉਵੇਂ ਕਰਨਾ ਹੈ ਆਪਾਂ ਨੇ। ਉਹ ਕੋਈ ਨਾ ਮਾ ਤੂੰ ਕਿਉਂ ਟੈਨਸ਼ਨ ਲੈਣੀ, ਹੁਣ ਤਾਂ ਲੈ ਆਪਣੇ ਘਰ ਦਾ ਕੰਮ ਹੋਇਆ ਸਮਝ ਬਸ। ਚਲਾ ਜਾ ਕੰਮ ਕੰਮ ਜਾਏ ਬਾਬਾ ਜੀ ਦੇ। ਨਵੇਂ ਬੇ ਲੱਡੂ ਖਾ ਲਾਂਗੇ, ਤੂੰ ਲੱਡੂ ਕਦੇ ਨਹੀਂ ਖਾਂਦੀ। ਵੇ ਬਸ ਆ ਚਾਹ ਚ ਨਾ ਮੜ ਮੜ ਮਿੱਠਾ ਠੋਕਿਆ ਪਿਆਗਾ। ਉਹ ਚੱਲ ਕੋਈ ਨਹੀਂ, ਆ ਲੈ ਇੰਨਾ ਖਾ ਤੂੰ, ਆ ਲੈ ਕਰ ਬਥੇਰਾ ਕੁਛ ਨਹੀਂ ਹੁੰਦਾ। ਨਾਲੇ ਬੇਬੇ ਮੈਨੂੰ ਐਂ ਦੱਸ ਸਵਰਗ 'ਚ ਤੇਰੇ ਉੱਥੇ ਜੀ ਲੱਗ ਗਿਆ? ਵੀ ਜੇ ਜੀ ਲੱਗਿਆ ਹੁੰਦਾ ਤਾਂ ਇੱਥੇ ਕਿਉਂ ਆਉਂਦੀ? ਕਿਉਂ ਲੈ ਹੋਰ ਹੁਣ ਮੇਰਾ ਕਿੱਥੇ ਜੀ ਲੱਗੇਗਾ, ਤਾਂ ਹੀ ਤਾਂ ਮੈਂ ਤੁਹਾਡੇ ਕੋਲ ਰਹਿਣੀ ਆ ਕੇ। ਕੀ ਆਗਾ ਉੱਥੇ ਕੀ ਹੁੰਦਾ ਸਵਰਗ 'ਚ? ਸਵਰਗ 'ਚ ਤਾਂ ਇੱਕ ਮੌਜ ਆ ਪੁੱਤ, ਸਾਰੀਆਂ ਚੀਜ਼ਾਂ ਦੀ ਸੁਵਿਧਾ ਉੱਥੇ, ਇੱਕ ਆਰਡਰ ਲਾ ਤੇ ਚੀਜ਼ ਹਾਜ਼ਰ। ਵੇਟਰ ਨੇ ਉਹਦੇ ਉੱਤੇ, ਵੇਟਰ ਨਹੀਂ ਜਿਹੜੇ ਗਏ ਹੋਏ ਨੇ ਨਾ ਪਹਿਲਾਂ। ਅੱਛਾ ਹਾਂ, ਮੇਰੇ ਹਾਂਡ ਪ੍ਰਵਾਨ ਦੇ ਉਹ ਸੇਵਾ ਕਰਦੇ ਨੇ ਆਈ। ਤੂੰ ਤਾਂ ਮੈਨੂੰ ਲੱਗਦਾ ਬੇਬੇ ਬਹੁਤ ਕੰਮ ਲੈਂਦੀ ਹੋਏਗੀ ਉਹਨਾਂ ਤੋਂ, ਹੈ ਨਾ? ਆਈ ਆ ਫਿਰ ਮੈਂ ਤਾਂ, ਤੈਨੂੰ ਪਤਾ ਤਾਂ ਹੈਗਾ ਤੇਰੇ ਬੇਬੇ ਦਾ। ਲੈ ਹੋਰ ਤੂੰ ਤਾਂ ਉਰੇ ਮਿੰਟ ਟਿਕ ਦਿੱਤੀ, ਅੱਧੇ ਮੇੜੇ ਨੂੰ ਮੂਹਰੇ ਲਾ ਕੇ ਰੱਖ ਦਿੱਤੀ ਤੂੰ। ਆਈ ਆ ਮੈਂ ਤਾਂ ਫਿਰ ਬੇਬੇ, ਆਪਣਾ ਜਿਹੜਾ ਇੱਧਰਲਾ ਤਾਇਆ ਮਰਿਆ ਹੈ ਤੀ, ਉਹ ਕੀ ਨਾਂ ਉਹਦਾ ਮੈਂ ਭੁੱਲ ਗਿਆ, ਜਰਨੈਲ। ਜਰਨੈਲ ਹਾਂ, ਵੇ ਉਹ ਵੀ ਉੱਥੇ ਹੈ ਮੇਰੇ ਨਾਲ। ਹੋਰ ਹੁਣ ਬਹੁਤ ਠਰਕੀ ਦੀ ਹੈ, ਹੁਣ ਬਹੁਤ ਠਰਕਾ। ਵੇ ਉਹ ਤਾਂ ਆਈ ਹਾਲ ਜਿੰਨੀਆਂ ਵੀ ਜਨਾਨੀ ਉੱਤੇ ਨੇ ਉਹਨਾਂ ਤੇ ਟਰਾਈਆਂ ਮਾਰਦਾ ਰਹਿੰਦਾ। ਹੋਰ ਹੁਣ ਉਹਦੀ ਹਾਲਤ ਨਹੀਂ ਆਂਦੀਗੀ। ਹਾਂ ਚੱਲ ਬੇਬੇ, ਐਂ ਤਾਂ ਸ਼ੁਕਰ ਹੈ ਨਾ, ਤੂੰ ਤਾਂ ਵਧੀਆ ਰਾਜ ਕਰਦੀ ਆ ਉੱਥੇ। ਲੈ ਹੋਰ ਆਪਾਂ ਤਾਂ ਮੌਜ ਕਰੀਦੀ ਆ ਸਵਰਗ 'ਚ ਜਾ ਕੇ। ਕਹਿੰਦੇ ਹੁੰਦੇ ਜਿਹਨੇ ਚੰਗੇ ਕਰਮ ਕੀਤੇ ਹੁੰਦੇ ਆ ਉਹੀ ਸਵਰਗਾਂ 'ਚ ਜਾਂਦਾ। ਹਾਂ ਹਾਂ, ਕਰਮ ਦਾ ਤਾਂ ਬਹੁਤ ਸੇਵਾ ਬਥੇਰੀ ਕਰੀ ਤੇ ਗੁਰਦੁਆਰੇ। ਹੋਰ ਹੁਣ ਸਵਰਗਾਂ ਚ ਰਹਿੰਦੀ ਸੀ, ਭਲਾ ਤੂੰ ਤਾਂ ਜਿਹੜਾ ਸਵਰਗਾਂ ਚ ਰਹਿੰਦੀ ਰਹਿੰਦੀ ਆ ਸਾਡਾ ਸਵਰਗ ਨਰਕ ਬਣਾ ਕੇ ਰੱਖਤਾ, ਉਹ ਨੀ ਤੈਨੂੰ ਦੀਦਾ ਹੈਗਾ ਹੈ? ਆ ਪਤਾ ਹੀ ਆ ਮੈਨੂੰ, ਧਰਮ ਰਾਜ ਨਾ ਬਣੀ ਨੀ ਹੋਣੀ, ਉਹਨੇ ਚੱਕ ਕੇ ਟਿਕਟ ਥੱਲੇ ਦੀ ਕਟਾਤੀ ਵੀ ਚੱਲ ਵੀ ਬਤੁਰਦੀ ਲੱਗ। ਕੀ ਹੋ ਗਿਆ ਮਾਂ ਤੂੰ ਬੜਬੜ ਕਰੀ ਨਹੀਂ ਆਇਆ? ਵੇ ਬੁੜਬੁੜ ਨਾ ਕਰਾਂ ਤਾਂ ਹੋਰ ਕੀ ਕਰਾਂ ਹੈਂ? ਆਓ ਦੇਖ ਲਾ ਮਹਾਰਾਣੀ ਤੇਰੀ ਵਾਲੀ ਵਿਹਲੀ ਬੈਠੀ ਕਿ ਮੈਂ ਲੱਡੂ ਖਾਣ ਲੱਗੀ ਹੋਈ ਹੈ ਹੈਂ, ਤੇ ਮੈਨੂੰ ਕੰਮ ਲਾ ਰੱਖਿਆ ਕੋ ਮੈਂ ਨੌਕਰ ਨਹੀਂ ਆ। ਉਹ ਮਾਂ ਤੂੰ ਤਾਂ ਮੈਨੂੰ ਐਂ ਕਹਿਣੀ ਹੈ ਜਿਵੇਂ ਮੇਰੇ ਬਸ ਹੋਏ, ਮੈਂ ਤਾਂ ਆਪ ਦੁਖੀ ਹੋਇਆ ਪਿਆ, ਮੈਂ ਦੱਸ ਕੀ ਕਰਾਂ? ਤੇਰੇ ਤੋਂ ਵੱਧ ਮੈਂ ਦੁਖੀ ਹਾਂ, ਮੈਂ ਦੁਖੀ ਹਾਂ ਤੇਰੇ ਤੋਂ ਵੱਧ? ਤੂੰ ਮੇਰੀ ਗੱਲ ਸੁਣ ਵੇ, ਕੋਈ ਬਾਬਾ ਬੂਬਾ ਹੀ ਭਾਲ ਲਾ, ਕੋਈ ਇਲਾਜ ਕਰਾ ਲਈਏ ਉਦੇ ਇਲਾਜ ਕਰਾਏਗਾ ਜਿੱਦੇ ਸਾਰੇ ਉੱਥੇ ਬਾਗੇ। ਉਹ ਮਾਂ ਪਹਿਲਾਂ ਬਾਬਿਆਂ ਨੂੰ ਕਿੰਨੇ ਦਾ ਪੈਸੇ ਖਰਾਬ ਕਰਤੇ, ਹੋਰ ਕਿੰਨੇ ਕ ਪੈਸੇ ਖਰਾਬ ਕਰੋਗੇ ਹੁਣ? ਵੇ ਪੁੱਤ ਤੂੰ ਨਿਆਣਾ, ਮੈਂ ਸਿਆਣੀ ਆ ਹੈਂ, ਪੰਜੇ ਉਂਗਲਾਂ ਇੱਕੋ ਜਗ੍ਹਾ ਨਹੀਂ ਹੁੰਦੀਆਂ ਤੇ ਸਾਰੇ ਬਾਬੇ ਇੱਕੋ ਜਿਹੇ ਥੋੜੇ ਹੁੰਦੇ ਵੀ ਪੈਸੇ ਖਾਣ ਵਾਲੇ। ਕੋਈ ਨਾ ਕੋਈ ਤਾਂ ਹੱਲ ਕੱਢ, ਕਿੰਨਾ ਕੁ ਚਿਰ ਬਰਬਾਦੀ ਚੱਲੂਗੀ, ਮੈਂ ਉਹ ਦੇਖ ਲਾ ਕਿਵੇਂ ਉਹਦੇ ਪ੍ਰੋਪਰ ਹੋਈ ਬੈਠੀ ਆ, ਸ਼ਰਮ ਤਾਂ ਨਹੀਂ ਆਉਂਦੀ ਉਹਨੂੰ? ਮੇਰੀ ਗੱਲ ਸੁਣ, ਮੈਂ ਕਰਦਾ ਪਰ ਨਵੇਂ ਬਾਬਿਆਂ ਲਵੇ ਜਾਂਦਾ ਗਾ, ਉਹ ਚੰਨ ਨਵੇਂ ਤਾਂ ਛੱਡ, ਪਹਿਲਾਂ ਉਸੇ ਲਵੇ ਜਾਂ ਔਲਕ ਬਾਬੇ ਲਵੇ, ਨਾਲੇ ਉਹਨੂੰ ਪੈਸੇ ਵੀ ਦਿੱਤੇ ਹੋਏ ਨੇਗੇ। ਪਹਿਲਾਂ ਉਹਦੇ ਲਵੇ ਜਾ, ਤਾਜੇ ਤਾਜੇ ਕਰਾਰੇ ਨੋਟ ਦਿੱਤੇ ਨੇ। ਚੱਲ ਫਿਰ ਮੈਂ ਉਸੇ ਲਵੇ ਜਾਂਦਾ, ਪਹਿਲਾਂ ਮੋਟਰਸਾਈਕਲ ਦੀ ਜਾਂਦਾ ਮੈਂ। ਟਾਈਮ ਨਾਲ ਆ ਜੀ ਪੁੱਤ, ਮਾੜਾ ਜਾ। ਚਾਬੀ ਕਿੱਥੇ ਪਈ ਇਹਦੀ ਹੁਣ? ਵੇ ਉੱਥੇ ਅੰਦਰ ਪਈ ਹੋਣੀ, ਲੈ ਆਓ ਦੱਸ। ਮੇਰਾ ਤਾਂ ਇਹ ਜੀ ਕਰਦਾ ਝਾੜੂ ਲਾਵਾਂ ਚੱਕ ਤੇ ਦੋਨਾਂ ਦੇ ਗੱਟੇ ਕੁੱਟਾਂ। ਓਏ ਹੋਇਆ ਕੋਈ ਹੱਲ ਬੋਤਲ ਬੂਤਲ ਦਾ ਕਿ ਅੱਜ ਆਈ ਸਾਰਨਾ ਪਊ ਆਪਾਂ ਨੂੰ?
ਬਾਬਾ ਹੱਲ ਤਾਂ ਹੋ ਜੂ ਕੋਈ ਨੀ, ਆਪਣਾ ਜਗਾੜ ਤਾਂ ਲੱਗੇ ਜਾਊ ਕੋਈ ਨਾ ਕੋਈ, ਲੱਗਦਾ ਜਗਾੜ ਲਾਉਣਾ ਪੈਂਦਾ, ਹੱਥ ਵੀ ਪਾਉਣਾ ਪੈਂਦਾ, ਫੇਰ ਹੀ ਕਿਤੇ ਜਾ ਕੇ ਹੱਥ ਪੈਂਦਾ ਹੈਗਾ। ਤੂੰ ਕਰ ਕੋਈ ਜਗਾੜ, ਐ ਨੀ ਆਪਣਾ ਸਰਨਾ, ਐਂ ਤਾਂ ਆਪਾਂ ਧੂੰਆਂ ਜਿਹਾ ਡਾਉਂਦੀ ਰਹਿ ਜਾਂਗੇ, ਆਪਣਾ ਕੋਈ ਹੋਰ ਹੀ ਧੂੰਆਂ ਡਾਜੂ ਹੁਣ। ਉਹ ਕੋਈ ਨੀ ਬਾਬਾ, ਦੇਖਦੇ ਕੋਈ ਆਉਂਦੇ ਆਉਂਦੇ ਮੁਰਗੀ ਕੋਈ ਫਸਾਉਣਾਗੇ। ਲੈ ਬਾਬਾ ਪੈਸਿਆਂ ਦਾ ਹੱਲ ਤਾਂ ਹੋ ਗਿਆ ਆਪਣਾ, ਬੋਤਲ ਆਪਣੀ ਪੱਕੀ ਆਥਣ ਦੀ। ਉਹ ਪੀ ਕੇ ਚੱਲ ਮੈਂ ਉਰੇ, ਪਕਾਈ ਮਰ ਜਾਂਦਾ, ਕਿੱਥੇ ਹੈਗਾ ਉਰੇ ਕੋਈ। ਉਹ ਬਾਬਾ ਚੁੱਪ ਕਰਕੇ ਮਿੰਟ, ਉਹ ਆ ਗਿਆ ਬੰਦਾ, ਮੁਰਗਾ ਆ ਗਿਆ। ਔਲਖ ਬਾਬੇ ਦੀ ਜੈ, ਬੋਲੋ ਔਲਖ ਬਾਬੇ ਦੀ ਜੈ। ਜੈ ਬਾਬਾ ਜੀ, ਔਲਖ ਜੀ, ਰਾਮ ਰਾਮ ਜੀ ਬਾਬਾ ਜੀ। ਕਿਹਦਾ ਰਿਹਾ ਭਗਤਾ? ਕਿਉਂ ਭਗਤਾ, ਕੀ ਬਣਿਆ, ਹੋਇਆ ਕੋਈ ਹੱਲ? ਨਾ ਬਾਬਾ ਜੀ, ਹਜੇ ਤਾਂ ਕੋਈ ਹੱਲ ਨਹੀਂ ਹੋਇਆ ਹੈਗਾ, ਜਿਵੇਂ ਤੁਸੀਂ ਕਿਹਾ ਸੀ ਮੈਂ ਤਾਂ ਉਵੇਂ ਹੀ ਕਰਿਆ ਹੈਗਾ, ਕੋਈ ਫਰਕ ਨਹੀਂ ਪਿਆ ਹੈਗਾ ਅਜੇ ਤੱਕ ਤਾਂ। ਉਹ ਭਗਤਾ ਬਾਬੇ ਕਰਨ ਗਿਆ ਕੀ ਹੱਲ ਪੱਕਾ, ਤੂੰ ਟੇਕ ਬਾਬਿਆਂ ਨੂੰ ਮੱਥਾ, ਬੋਲੋ ਔਲਖ ਬਾਬੇ ਦੀ ਜੈ। ਹਾਂ ਬਾਬਾ ਜੀ, ਐਤਕੀ ਤਾਂ ਹੱਲ ਮੇਰਾ ਪੱਕਾ ਕਰ ਦਿਓ ਤੁਸੀਂ। ਕੀ ਜੋਗੀ ਨੰਗਰ ਨਹਾਓ ਤੇ ਕੀ ਨਚੂਰ, ਵੱਧ ਤੇ ਰੁਪਈਆਂ ਦਾ ਦਾਨ ਕਰ, ਇਹਦਾ ਕੁਛ ਨਹੀਂ ਹੱਲ ਹੋਣਾ 150 ਚ, ਤੂੰ ਕਰਾ ਕੋਈ ਸੇਵਾ, ਨਹੀਂ ਤਾਂ ਆਪਣੀ ਸੇਵਾ ਹੋਜੂਗੀ। ਉਹ ਭਗਤਾ ਅੱਜ ਕੱਲ੍ਹ 100 ਰੁਪਏ ਦਾ ਕੀ ਆਉਂਦਾ ਏ, 100 ਤਾਂ ਤੇ ਕਰੋ ਪ੍ਰੇਤ ਕੱਢਣਾ ਸੀ ਨੇ, ਤੇ ਤੂੰ ਮਾੜੀ ਮੋਟੀ ਬਾਬੇ ਨੂੰ ਹੋਰ ਸੇਵਾ ਲਾ ਇੱਥੇ, ਤੇ ਖੁੰਝਾ ਹਲਾਬ ਦਾ ਕੋਈ ਮਾੜਾ ਮੋਟਾ। ਕੋਈ ਨਾ ਬਾਬਾ ਜੀ, ਜਿਵੇਂ ਤੁਸੀਂ ਕਹਿੰਦੇ ਠੀਕ ਹੈ, ਮੈਂ ਹੋਰ ਕਰ ਦਿੰਦਾ ਸੇਵਾ ਤਾਂ। ਆ ਲਓ ਬਾਬਾ ਜੀ, ਪਰ ਮੇਰਾ ਕੰਮ ਕਰ ਦਿਓ ਤੁਸੀਂ। ਲੈ ਭਗਤਾ ਤੂੰ ਪਾਣੀ ਲਿਆ, ਤੂੰ ਛੱਟਾ ਦਈਏ। ਲੈ ਭਗਤਾ ਹੱਸੀ ਕਿਉਂ ਜਾਣਾ ਭਗਤਾ, ਇੱਦਾਂ ਹਾਸੇ ਨਾਲ ਤੇਰਾ ਕੰਮ ਨਹੀਂ ਹੋਣਾ ਭਗਤਾ, ਇਹ ਬਾਬਿਆਂ ਦੇ ਮੰਤਰ ਨੇ ਭਗਤਾ, ਤੂੰ ਸਮਝ ਨਹੀਂ ਸਕਦਾ। ਇੱਕ ਗੱਲ ਹੋਰ, ਬਾਬਿਆਂ ਲਵੇ ਆਉਂਦਾ ਜਾਂਦਾ ਰਹੀ, ਠੀਕ ਹੈ, ਅਤੇ ਆਉਂਦਾ ਜਾਂਦਾ 100 ਰੁਪਏ ਦਾ ਨਾ ਮੱਥਾ ਟੇਕੀ, 100 ਰੁਪਏ ਦਾ ਮਾੜਾ ਹੁੰਦਾ ਭਗਤਾ ਸਾਡੇ ਵਰਗੇ ਜੋਗੀਆਂ ਮੂਹਰੇ, ਠੀਕ ਹੈ, ਜੇ ਟੇਕਣਾ। ਹਾਂ ਬਸ ਕੰਮ ਹੋ ਗਿਆ ਜਦੋਂ, ਫਿਰ ਵੀ ਨਾ ਬਾਬਿਆਂ ਨੂੰ ਭੁੱਲੀ, ਨਹੀਂ ਤੇਰੇ 'ਤੇ ਪ੍ਰੇਤ ਤੇਰੇ 'ਤੇ ਦੁਬਾਰੇ ਹਮਲਾ ਕਰ ਸਕਦੇ ਨੇ ਭਗਤਾ। ਚੱਲ ਠੀਕ ਆ ਭਗਤਾ, ਠੀਕ ਆ ਬਾਬਾ ਜੀ, ਠੀਕ ਆ ਭਗਤਾ। ਲੈ ਬਾਬਾ ਜਾਲ ਕਿੱਧਰ ਵੱਗ ਗਿਆ? ਉਹਨੇ ਤਾਂ ਜਾਣ ਵਾਲੇ ਨੇ ਵੱਗ ਗਿਆ, ਤੂੰ ਐਂ ਕਰ ਆ ਫੜ ਪੈਸੇ ਲਿਆ, ਹੁਣ ਬੋਤਲ ਫੜ ਕੇ ਅੰਗਰੇਜ਼ੀ ਫੜ ਕੇ ਲਈ, ਪੂਰਾ ਸੀਸਾ 100 ਰੁਪਿਆ ਵਿੱਚ ਕੁੰਡੀ ਲਾਈ ਹੈ ਨਾ, ਦੇਖ ਲਾ 3 ਵਾਰੀ ਕੁੰਡੀ ਲਾ ਗਿਆ ਤੂੰ ਪਹਿਲਾਂ ਮੈਨੂੰ। ਜੇਮਸਨ ਲੈ ਕੇ ਆ ਬਾਬਾ। ਹਾਂ ਜੇਮਸਨ ਲਿਆ, ਨਾਲੇ ਹੁਣ ਬਾਬਾ ਬੂਬਾ ਨਹੀਂ ਮੈਂ, ਚੱਲ ਲਿਆ ਛੇਤੀ ਦੇ। ਚੱਲ ਠੀਕ ਆ ਬਾਬਾ, ਦੋਨੇ ਲਾਵਾਂ, ਭੁੱਜੇ ਵੀ ਲੈ ਕੇ ਆਵਾਂ। ਹਾਂ ਲਿਆ ਲਿਆ, ਮਿੱਠਾ ਜਿਹਾ ਲਈ, ਠੀਕ ਹੈ ਚੰਗਾ। ਇਹ ਵੀ ਸਾਲਾ ਬਾਲਾ ਕੰਜਰ ਹੈ, ਮੈਂ ਲੋਕਾਂ ਨੂੰ ਕੁੰਡੀਆਂ ਲਾਉਣਾ, ਇਹ ਸਾਲਾ ਮੈਨੂੰ ਹੀ ਕੁੰਡੀਆਂ ਲਾਉਂਦਾ ਰਹਿੰਦਾ। ਚੱਲ ਬੇ ਆ ਗਿਆ ਪੁੱਤ। ਓ ਹਾਂ ਮਾਂ, ਲੈ ਤੂੰ ਐਂ ਕਰ ਭੂਤੀ ਲਾ ਫੜਾ। ਓਹੋ ਬੇ, ਪਹਿਲਾਂ ਪੈਸੇ ਇੰਨੇ ਗਾਲ ਤੇ, ਪਹਿਲਾਂ ਬਥੇਰੇ ਹਵਨ ਕਰਾ ਲਏ, ਬਥੇਰੇ ਪਾਠ ਕਰਾ ਲਏ, ਹੁਣ ਆ ਪੁੜੀ ਨਾਲ ਕੀ ਬਣਨਾ ਹੈ। ਓ ਮਾਂ ਇੱਕ ਵਾਰੀ ਵਰਤ ਕੇ ਦੇਖ ਲਓ ਤਾਂ ਪਹਿਲੀ ਹੀ ਬੋਲਣ ਲੱਗ ਜਾਂਦੀ ਹੈਗੀ। ਬੇ ਬੋਲਾਂ ਨਾ ਤਾਂ ਹੋਰ ਕੀ ਕਰਾਂ, ਮੈਂ ਤੈਨੂੰ ਕਿਹਾ ਸੀ ਵੀ ਇਹਨੂੰ ਛੱਡ ਕੇ ਕਿਸੇ ਹੋਰ ਬਾਬੇ ਕੋਲੇ ਵਗ ਜਾ, ਕਿਸੇ ਹੋਰ ਤੋਂ ਪਤਾ ਕਰਿਆ, ਬੰਜੇ ਉਂਗਲਾਂ ਨਹੀਂ ਇੱਕੋ ਜੀਆਂ ਹੁੰਦੀਆਂ ਪੁੱਤ। ਓ ਇਹ 'ਚ ਬਥੇਰੇ ਮੰਤਰ ਮਾਰੇ ਨੇ ਬਾਬੇ ਨੇ। ਫਿਰ ਤੂੰ ਐਂ ਕਰ, ਜਾ ਲੈ ਜਾ
ਆਪਾਂ ਹੀ ਚਾਬਲਾ ਭਾਗ ਜਾ। ਉਹ ਚੱਲ ਚੰਗਾ ਵਾ, ਤੂੰ ਕਿਹੜਾ ਮੰਨਣੀ ਆ ਕਿਸੇ ਦੀ। ਆਪਾਂ ਹੀ ਪਾ ਦੇ, ਜੇ ਚਾਹ ਚ ਪਾਉਣੀ ਚਾਹ ਚ ਪਾ ਦੇ, ਪਾਣੀ ਚ ਪਾਉਣੀ ਆ ਪਾਣੀ ਚ ਪਾ ਦੇ, ਨਾਲ ਲੱਗ ਜੂ ਪਤਾ ਤੈਨੂੰ। ਘਰੇ ਰਹਿਣਾ ਵੀ ਦੁੱਭਰ ਕਰ ਕਹਿੰਦਾ ਤਾਂ ਬੁੱਢੀਆਂ ਕਿੰਨਾ ਖੁਸ਼ ਰਹਿੰਦੇ ਸੀ। ਨਾਲੇ ਮੇਰੇ ਸੱਟ ਬਰਬਾਦੀ ਹੁੰਦੀ ਯਾਰ, ਤੂੰ ਹੱਦ ਹੋ ਗਈ ਤੇਰੇ ਕਣੀ ਹੋ ਯਾਰ। ਤੂੰ ਪੁੱਠੀ ਸਾਈਡ ਤੇ ਬਾਈ, ਤੂੰ ਆ ਪਾਉਣਾ, ਤੂੰ ਮੈਨੂੰ ਕਹਿਣਾ ਦੇਖ। ਉਹ ਤੂੰ ਤੇਵੇਂ ਮੈਨੂੰ ਚੱਕ ਲੈ ਯਾਰ ਮਾੜਾ ਮੋਟਾ। ਉਹ ਯਾਰ ਤੂੰ ਤਾਂ ਐ ਲਾ ਦੇ ਸੜਕ 'ਚ ਵੜਨਾ ਹੁੰਦਾ ਯਾਰ, ਮਾੜਾ ਮੋਟਾ ਬੰਦਾ ਸਾਹਮਣੇ ਦੇਖ ਲਿਓ ਕੋਈ ਬੰਦਾ ਆ ਰਿਹਾ ਯਾਰ। ਇਹ ਗੱਲ ਕੀ ਆ ਯਾਰ ਇਹ? ਉਹ ਮੇਰੇ ਦਿਮਾਗ 'ਚ ਕੋਈ ਗੱਲ ਚੱਲ ਰਹੀ ਸੀ, ਮੈਂ ਤਾਂ ਨੀਵੀਂ ਬਾਹਰ ਰੱਖੀ ਸੀਗੀ। ਮਾੜਾ ਮੋਟਾ ਤੈਨੂੰ ਵੀ ਦੇਖਣਾ ਚਾਹੀਦਾ ਸੀਗਾ। ਉਹ ਤਾਂ ਚੱਲ ਛੱਡ ਯਾਰ, ਬੜੀ ਟੈਨਸ਼ਨ ਆ, ਕਿਉਂ ਫਿਕਰਾਂ 'ਚ ਫਿਰਦਾ ਭੱਜਾ? ਕੀ ਗੱਲ ਹੋ ਗਈ ਦੱਸਤਾ ਦੇ ਮੈਨੂੰ। ਉਹ ਕੀ ਦੱਸਾਂ ਤੈਨੂੰ ਯਾਰ, ਮੇਰੀ ਤਾਂ ਘਰ ਵਾਲੀ ਚਲੀ ਗਈ ਤੇ ਦਾਦੀ ਆ ਗਈ। ਉਹ ਤੇਰਾ ਮਤਲਬ ਕੀ ਘਰ ਵਾਲੀ ਚਲੀ ਗਈ ਦਾਦੀ ਆ ਗਈ? ਉਹ ਗੱਲ ਕੀ ਹੈ ਇਹ ਸਾਰੀ ਦੱਸ ਤੂੰ ਮੈਨੂੰ। ਮੇਰੇ ਘਰ ਵਾਲੀ ਦੇ ਵਿੱਚ ਨਾ ਮੇਰੀ ਦਾਦੀ ਦੀ ਆਤਮਾ ਆ ਰਹੀ ਹੈਗੀ। ਜਿੱਦਾਂ ਦੀ ਉਹਦੀ ਆਤਮਾ ਆਈ ਆ ਨਾ, ਅਸੀਂ ਤਾਂ ਨਾ ਤਾਂ ਕੋਈ ਬਾਬਾ ਛੱਡਿਆ, ਨਾ ਕੋਈ ਭਜਨ ਪਾਠ ਛੱਡਿਆ ਗਾ, ਉਹਦਾ ਆਤਮਾ ਤਾਂ ਜਾਣ ਦਾ ਨਾ ਹੀ ਨਹੀਂ ਲੈਂਦੀ ਹੈਗੀ। ਉਹ ਬੰਟੀ ਇਹ ਕਿਹੜੀਆਂ ਗੱਲਾਂ ਕਰਦਾ ਤੂੰ, ਆਤਮਾ ਉਤਮਾ ਕੁਛ ਨਹੀਂ ਹੁੰਦੀ, ਇਹ ਤਾਂ ਤੇਰਾ ਵਹਿਮ ਆ ਯਾਰ ਸਾਰਾ। ਉਹ ਯਾਰ ਬਈ ਵਹਿਮ ਕਾਹਨੂੰ ਹੈਗਾ, ਉਹਦੇ 'ਚ ਤਾਂ ਹਰਕਤਾਂ ਸਾਰੀਆਂ ਮੇਰੀ ਦਾਦੀ ਵਾਲੀਆਂ ਨੇਗੀਆਂ। ਮੇਰੇ ਬੇਬੇ ਤੋਂ ਸਾਰਾ ਤਾਂ ਕੰਮ ਕਰਾਉਂਦੀ ਹੈਗੀ, ਆਪ ਸਾਰਾ ਦਿਨ ਟੌਰ ਨਾਲ ਮੰਜੇ 'ਤੇ ਬੈਠੀ ਰਹਿੰਦੀ ਹੈਗੀ। ਅੱਛਾ, ਤੇਰੀ ਬੇਬੇ ਸਾਰਾ ਕੰਮ ਕਰਦੀ ਆ, ਇਹਦਾ ਮਤਲਬ ਤੇਰੀ ਘਰ ਵਾਲੀ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਆ ਯਾਰ। ਉਹ ਹੋਰ ਯਾਰ ਬਾਈ, ਹੁਣ ਤਾਂ ਕੰਮ ਉਲਟ ਹੋਇਆ ਪਿਆ। ਪਹਿਲਾਂ ਕਿਤੇ ਮੇਰੇ ਘਰ ਵਾਲੀ ਕੰਮ ਕਰਦੀ ਸੀ, ਮੇਰੀ ਮਾਂ ਟੌਰ ਨਾਲ ਰਹਿੰਦੀ ਸੀ, ਹੁਣ ਕੰਮ ਜਮੀ ਉਲਟ ਹੋ ਗਿਆ। ਹੁਣ ਮੇਰੇ ਘਰ ਵਾਲੀ ਤਾਂ ਮਤਲਬ ਮੰਜੇ 'ਤੇ ਬੈਠੀ ਰਹਿੰਦੀ ਟੌਰ ਨਾਲ, ਅਤੇ ਮੇਰੀ ਮਾਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਹੈ। ਹੁਣ ਤੂੰ ਦੱਸ। ਤੂੰ ਐਂ ਕਰ ਬੰਟੀ, ਮੈਨੂੰ ਆਪਣੇ ਘਰ ਲੈ ਕੇ ਜਾ, ਤੂੰ ਭੂਤਾਂ ਮੈਂ ਕੱਢੂੰਗਾ ਵੀਰੇ, ਮੈਨੂੰ ਪਤਾ ਕਿਵੇਂ ਭੂਤ ਕੱਢਣੇ ਨੇਗੇ। ਉਹ ਤੁਸੀਂ ਕਿੱਥੇ ਕੱਢ ਦੋਗੇ, ਮੈਂ ਤਾਂ ਹਰ ਇੱਕ ਦਾ ਡੇਰੇ 'ਚ ਜਾਇਆ, ਨਾ ਕੋਈ ਬਾਬਾ ਛੱਡਿਆ, ਬਾਬੇ ਹੁਣੇ ਦਿਨ ਦਿੰਦੇ ਭੂਤੀਆਂ ਹੀ ਆ, ਉਹ ਵੀ ਮੈਂ ਤਾਂ ਮੱਥੇ ਟੇਕ ਟੇਕ ਜ਼ੋਰ ਲਾ ਲਿਆ, ਕੋਈ ਹੱਲ ਨਹੀਂ ਹੋਇਆ ਹੈਗਾ। ਇਹ ਭੂਤ ਭੂਤ ਕੁਛ ਨਹੀਂ ਹੁੰਦੇ ਬੰਟੀ, ਜਿਹੜਾ ਪੁੱਚਰ ਕਾ ਜੁੱਲੀ ਨਹੀਂ ਹੈਗਾ। ਹਾਂ ਜਾਣਦਾ ਮੈਂ, ਉਹਦੀ ਘਰ ਵਾਲੀ ਨੂੰ ਇਹੀ ਭੂਤ ਆਉਂਦੇ ਸੀਗੇ, ਉਹ ਤੇਰੇ ਭਰਾ ਨੇ ਕੱਢਿਆ ਬਾਈ। ਮੈਂ ਤਾਂ ਨਹੀਂ ਜਾਣਦਾ ਯਾਰ, ਫੋਨ ਲਾ ਕੇ ਪੁੱਛ ਲੈ। ਤੁਹਾਡੇ ਲਈ ਇਹੋ ਜਿਹਾ ਤਰੀਕਾ ਕੀ? ਮੈਨੂੰ ਇਹ ਤਾਂ ਚੁਰ ਨੂੰ ਫੋਨ ਲਾ ਰਿਹਾ ਯਾਰ, ਤੂੰ ਐਵੇਂ ਮਰੀ ਜਾਂਦਾ। ਚਲ ਉਹ ਤਾਂ ਛੱਡੋ, ਤੁਸੀਂ ਮੈਨੂੰ ਐਂ ਦੱਸ ਦਿਓ ਕੀ ਤਰੀਕਾ ਹੈ ਮੇਰੇ ਕੋਲੇ? ਤਰੀਕਾ ਨਾ ਬੰਟੀ, ਮੇਰੇ ਕੋਲੇ ਤਰੀਕਾ ਹੈ, ਭੂਤ ਭਾਤ ਕੁਛ ਨਹੀਂ ਹੁੰਦੇ, ਉਹਨਾਂ ਦਾ ਵੀ ਮਸਲਾ ਮੈਂ ਹੱਲ ਕੀਤਾ ਸੀਗਾ। ਤੂੰ ਐਂ ਕਰ ਬਸ, ਤੂੰ ਮੈਨੂੰ ਆਪਣੇ ਘਰੇ ਲੈ ਚੱਲ, ਤੂੰ ਫੇਰ ਦੇਖੀ ਕਿਵੇਂ ਭੂਤ ਉੜਦਾ ਹੈ। ਘਰੇ ਤਾਂ ਮੈਂ ਲੈ ਚੱਲਦਾ, ਆਪਣਾ ਤਾਂ ਕੰਮ ਹੀ ਹੋਣਾ ਚਾਹੀਦਾ, ਆਪਾਂ ਨੂੰ ਹੋਰ ਕੀ ਚਾਹੀਦਾ? ਚੱਲ ਫਿਰ ਘਰੇ ਚੱਲਦੇ ਆਪਾਂ, ਤੂੰ ਦੇਖੀ ਫਿਰ, ਚੱਲ ਮੁੜ। 15 ਨਾਲੇ ਤਾਂ ਮੇਰੇ ਸੱਟ ਮਰਵਾਤੀ ਸੀਗੀ, ਹੈ ਤੂੰ ਗੱਲ ਕੁਛ ਹੋਰ ਆ ਗਈ, ਹੈ ਹੋਰ ਕੀ ਆ? ਘਰੇ ਉਲਟ ਹੋਇਆ ਪਿਆ ਹੈਗਾ, ਮੈਂ ਤਾਂ ਗਰਮ ਹੋਇਆ ਸੀ। ਮੈਂ ਤਾਂ ਗਰਮ ਕੀ ਆ ਯਾਰ, ਹੋਰ ਇੱਕ ਤਾਂ ਮੈਂ ਪਹਿਲੀ ਬਾਂਹ ਤੜਾਈ ਫਿਰਦਾ, ਦੂਜੀ ਤੂੰ ਲੱਤ ਤੋੜਨ ਲੱਗਿਆ ਸੀ ਮੇਰੀ ਯਾਰ, ਇਹ ਗੱਲ ਆ ਕੋਈ? ਮੜਾ ਧਿਆਨ ਰੱਖਿਆ ਗਾ, ਹੋਰ ਯਾਰ ਤੋੜਦੀ ਸੀ, ਹੋਰ ਕੀ? ਸਵਰਗਾਂ ਤੋਂ ਮੈਨੂੰ ਮੇਰੇ ਪਰਿਵਾਰ ਦੀ ਯਾਦ ਆਈ, ਮੈਂ ਕਿਹਾ ਚੱਲ ਆਪਦੇ ਪਰਿਵਾਰ ਨੂੰ ਮਿਲ ਹੀ ਆਵਾਂ। ਇਹ ਤਾਂ ਬੰਟੀ ਦੀ ਸੱਚੀ ਗੱਲ ਆ ਬਾਈ, ਮੈਨੂੰ ਤਾਂ ਐਸੀ ਕਿਤੇ ਬੰਟੀ ਮਜ਼ਾਕ ਕਰਦਾ। ਲੈ ਇਹਦੇ ਚ ਮਜ਼ਾਕ ਵਾਲੀ ਕਿੱਡੀ ਗੱਲ ਆ, ਮੇਰਾ ਪਰਿਵਾਰ ਆ, ਮੇਰਾ ਘਰ ਆ, ਮੈਂ ਜਦੋਂ ਮਰਜ਼ੀ ਆਵਾਂ ਤੇ ਨਾ ਆਵਾਂ, ਤੂੰ ਕੌਣ ਹੁੰਦਾ ਭਾਈ ਕਹਿਣ ਲਾ?
ਆਹ ਵਧੀਆ ਕੀਤਾ ਬੇਬੇ, ਤੂੰ ਸਾਰਿਆਂ ਨੂੰ ਮਿਲ ਗਈ, ਹੁਣ ਵਾਪਸ ਕਦੋਂ ਜਾਣਾ ਤੈ? ਲੈ ਦੱਸ ਕਹਿੰਦਾ ਵਾਪਸ ਕਦੋਂ ਜਾਣਾ? ਬੇ ਮੇਰਾ ਘਰ ਹੈ, ਮੈਂ ਜਿੰਨਾ ਟਾਈਮ ਮਰਜ਼ੀ ਰਹਿ ਸਕਦੀ ਹਾਂ, ਜਦੋਂ ਮੇਰਾ ਜੀ ਕਰੂ ਮੈਂ ਵਗ ਜਾਊਂਗੀ, ਆਪਦੇ ਪਰਿਵਾਰ ਨਾਲ ਖੁਸ਼ ਰਹਿਣੀ ਹੈ ਇੱਥੇ ਵਧੀਆ। ਹੋਰ ਸੁਣਾ ਭਾਈ, ਘਰੇ ਸਾਰੇ ਠੀਕ ਠਾਕ ਨੇ? ਉਹ ਚਾਚੀ ਆਪਣੇ ਘਰ ਤਾਂ ਸਾਰਾ ਠੀਕ ਹੈ, ਚੱਲ ਮੈਨੂੰ ਤਾਂ ਵਧੀਆ ਹੋ ਗਿਆ, ਆ ਬੀਬੀ ਨੂੰ ਮਿਲ ਗਿਆ ਮੈਂ ਤਾਂ ਬਹਾਨੇ ਨਾਲ। ਵਧੀਆ ਹੋ ਗਿਆ, ਵਧੀਆ ਹੋ ਗਿਆ। ਕੀ ਗੱਲ ਬੇਬੇ, ਕਿਉਂ ਰੌਲਾ ਜਿਹਾ ਪਾ ਰੱਖੇਗਾ? ਵੀ ਕਾਹਦਾ ਰੌਲਾ ਪੁੱਤ, ਦੱਸ ਮੈਂ ਆਪਦੇ ਘਰੇ ਬੈਠੀ ਆ, ਮੈਂ ਕੀ ਬਗਾਨੇ ਘਰੇ ਬੈਠੀ ਆ, ਆ ਮੈਨੂੰ ਪੁੱਛੀ ਜਾਂਦਾ ਤੂੰ ਵਾਪਸ ਕਦੋਂ ਜਾਣਾ? ਉਹ ਬੇਬੇ ਗੱਲ ਸੁਣ, ਉਹ ਮੇਰਾ ਤਾਂ ਮਜ਼ਾਕ ਹੀ ਆ ਸੁਭਾਅ, ਮੈਂ ਤਾਂ ਇਹੀ ਪੁੱਛਦਾ ਰਹਿਣਾ, ਤਾਂ ਕੀ ਹੋ ਗਿਆ ਜੇ ਪੁੱਛ ਲਿਆ? ਉਹ ਬੇਬੇ ਤੈਨੂੰ ਨੀ ਪਤਾ, ਇਹ ਤਾਂ ਆਪਣੇ ਬੰਟੀ ਨਾਲ ਦਾ, ਜਿਵੇਂ ਇਹ ਮਜ਼ਾਕ ਜਿਹਾ ਕਰਦਾ ਰਹਿੰਦਾ ਉਵੇਂ ਇਹਦੀ ਆਦਤ ਆ ਗਈ। ਉਹ ਬੇਬੇ ਚਾਚਾ ਸਹੀ ਕਹਿੰਦਾ, ਜਿਹੋ ਜੀ ਮੇਰੀ ਮਾਂ ਉਹੀ ਜੀ ਤੂੰ ਮੇਰੀ ਮਾਂ, ਮੈਂ ਤਾਂ ਮਜ਼ਾਕ ਕਰਦਾ ਸੀ ਤੈਨੂੰ। ਵੱਡੇ ਭਾਈ ਗੱਲ ਤਾਂ ਤੇਰੀ ਸਹੀ ਹੈ ਇਹ, ਉਹ ਸੱਚ ਗੱਲਾਂ ਗੱਲਾਂ ਵਿੱਚ ਮੈਂ ਤਾਂ ਭੁੱਲ ਗਿਆ ਜਿਹੜੇ ਕੰਮ ਆਇਆ ਸੀਗਾ। ਵੇ ਪੁੱਤ ਫੇਰ ਕੀ ਹੋ ਗਿਆ ਜੇ ਗੱਲਾਂ ਗੱਲਾਂ 'ਚ ਭੁੱਲ ਗਿਆ, ਹੁਣ ਦੱਸ ਤੇ ਕੀ ਗੱਲ ਹੈ? ਉਹ ਚਾਚੀ ਮੈਂ ਤਾਂ ਕੁੜੀਆਂ ਦੀਆਂ ਫੋਟੋਆਂ ਲੈ ਕੇ ਆਇਆ ਸੀ, ਤੁਸੀਂ ਪਸੰਦ ਕਰ ਲਓ। ਹੈਂ ਪਸੰਦ ਕਰ ਲਓ? ਉਹ ਅਸੀਂ ਕੁੜੀ ਦੀਆਂ ਫੋਟੋਆਂ ਕੀ ਕਰਨੀਆਂ ਨੇਗੀਆਂ, ਅਸੀਂ ਕਿਹਦੇ ਵਾਸਤੇ ਪਸੰਦ ਕਰਨੀਆਂ ਨੇਗੀਆਂ? ਉਹ ਚਾਚੇ ਭਰਜਾਈ ਵਿੱਚ ਤਾਂ ਹੁਣ ਬੇਬੇ ਦੀ ਆਤਮਾ ਆ ਗਈ, ਹੁਣ ਬੇਬੇ ਨੇ ਤਾਂ ਮਨ ਬਣਾ ਲਿਆ ਵੀ ਸਾਰੀ ਮੈਂ ਇੱਥੇ ਰਹਿਣਾ ਸਾਰੀ ਉਮਰ। ਮੈਨੂੰ ਐਂ ਦੱਸ ਹੁਣ ਬੰਟੀ ਕਿਵੇਂ ਕਰੂਗਾ, ਹੁਣ ਬੰਟੀ ਇਕੱਲਾ ਉਮਰ ਕਿਵੇਂ ਲੰਘਾਊਗਾ? ਐਂ ਕਰਦੇ ਹਾਂ ਬੰਟੀ ਦਾ ਆਪਾਂ ਵਿਆਹ ਕਰ ਦਿੰਦੇ ਹਾਂ, ਤੁਸੀਂ ਆਹ ਪਸੰਦ ਕਰ ਲਓ ਫੋਟੋਆਂ ਕੋਈ। ਲੈ ਚਾਚੀ ਫੋਟੋਆਂ ਦੇਖ ਲਓ, ਪਸੰਦ ਕਰ ਲਓ ਫਿਰ ਕਿਹੜੀ ਕੁੜੀ ਤੁਹਾਨੂੰ ਪਸੰਦ ਆ। ਨਾ ਮੈਂ ਤਾਂ ਆਪ ਚਾਹੁੰਦੀ ਹਾਂ ਵੀ ਛੇਤੀ ਛੇਤੀ ਕੋਈ ਕੁੜੀ ਪਸੰਦ ਕਰਾਂ ਤੇ ਬੰਟੀ ਦਾ ਵਿਆਹ ਕਰਾਂ, ਮੇਰੇ ਤੋਂ ਨਹੀਂ ਕੱਲੀ ਤੋਂ ਸਾਰਾ ਦਿਨ ਕੰਮ ਕਰ ਹੁੰਦਾ। ਆਹ ਦੇਖੋ ਜੀ ਬੇਬੇ ਬੰਦਾ ਨਾਟਕ ਕਿਉਂ ਕਰਦੀ ਹੈ? ਵੇ ਨਾਟਕ ਨਾ ਕਰਦੀ ਤਾਂ ਹੋਰ ਕੀ ਕਰਦੀ, ਸਾਰਾ ਟੱਬਰ ਤਾਂ ਮੇਰੇ ਸਿਰ ਚੜ ਕੇ ਬੋਲਦਾ ਸੀ, ਨਾਲੇ ਤਾਂ ਕੰਮ ਕਰਦੀ ਸੀ, ਨਾਲੇ ਤੁਹਾਡੇ ਸਾਰੇ ਟੱਬਰ ਦੀਆਂ ਗੱਲਾਂ ਸੁਣਦੀ ਸੀ ਮੈਂ। ਅੱਛਾ ਇਹ ਗੱਲ ਹੈ, ਤਾਂ ਇਹਦੇ ਵਿੱਚ ਦੱਸ ਐਡਾ ਨਾਟਕ ਕਰਨ ਦੀ ਕੀ ਲੋੜ ਸੀ? ਨਾ ਜੀ ਐਡੀ ਗੱਲ ਸੀ, ਸਾਨੂੰ ਉਹੀ ਦੱਸ ਦਿੰਦੀ, ਅਸੀਂ ਬਾਬਿਆਂ ਪਿੱਛੇ ਕਾਹਤੋਂ ਪੈਸੇ ਕਾਲੇ ਹੈ, ਆ ਨਾਲੇ ਮੈਂ ਕੰਮ ਪਿੱਛੇ ਦੁਖੀ ਹੋਈ ਜਾਂਦੀ ਹਾਂ, ਤੇਰਾ ਤਾਂ ਉਹ ਕੰਮ ਆ ਆਖਰ 365 ਚਲਿੱਤਰ ਨਾਰ ਦੇ ਤੇ ਇਹੀ ਬੰਦੇ ਨੂੰ ਮਾਰ ਦੇ, ਨਿਕਲਿਆ ਇਹ ਚਲਿੱਤਰ ਕਿੰਨਾ ਕੁ ਚਿਰ, ਕਿੰਨਾ ਕੁ ਚਿਰ, ਆਖਰ ਤਾਂ ਪਾਣੀ ਪੁਲਾਂ ਥੱਲੇ ਦੀ ਲੰਘਦਾ। ਕਿਉਂ ਹੁਣ ਲੱਗਦਾ ਪਤਾ ਵੀ ਕੰਮ ਕਰਨੇ ਕਿੰਨੇ ਔਖੇ ਆ, ਮੈਂ ਵੀ ਕੋਈ ਮਸ਼ੀਨ ਨਹੀਂ ਹੈਗੀ ਵੀ ਸਾਰਾ ਦਿਨ ਤੁਹਾਡਾ ਗੋਲਾ ਧੰਦਾ ਕਰੀ ਜਾਊਂਗੀ। ਉਹ ਤਾਂ ਗੱਲ ਤਾਂ ਤੇਰੀ ਸਹੀ ਆ, ਉਹ ਮੈਂ ਤਾਂ ਆਏ ਸੀਗਾ, ਮੈਂ ਕਿਹਾ ਚੱਲ ਘਰ ਦੇ ਵਿੱਚ ਨੂੰ ਆ ਗਈ, ਮੈਂ ਇਹ ਕੰਮ ਕਰਕੇ ਕੀ ਕਰਾਉਣਾ ਹੈ। ਉਹ ਤਾਂ ਮੈਨੂੰ ਮੇਰੀ ਗਲਤੀ ਦਾ ਬਹੁਤ ਅਹਿਸਾਸ ਆ, ਮੈਂ ਬਹੁਤ ਤੈਨੂੰ ਤੰਗ ਕੀਤਾ ਹੈ, ਦੇਖ ਮੇਰੀ ਗੱਲ ਸੁਣ, ਘਰ ਦੇ ਵਿੱਚ ਲੜਾਈ ਪਾ ਕੇ ਆਪਾਂ ਕੀ ਕਰਾਉਣੀ ਹੈ, ਹਨਾ ਕਹਿੰਦੇ ਪਿਆਰ ਬਣਿਆ ਰਹੇ ਤੇ ਸਤਿਕਾਰ ਬਣਿਆ ਰਹੇ, ਦੇਖ ਮੇਰੀ ਗੱਲ ਸੁਣ, ਮੈਨੂੰ ਕਰ ਦੇ ਮਾਫ਼ ਪੁੱਤ ਬਣ ਕੇ, ਨਹੀਂ ਮੈਨੂੰ ਮਾਫ਼ ਕਰ ਦੇ, ਮੈਂ ਤਾਂ ਇਹੀ ਭੁੱਲੀ ਬੈਠੀ ਸੀ ਵੀ ਇਨਸਾਨੀਅਤ ਤਾਂ ਭਲਾ ਇੱਕੋ ਜਿਹੀ ਹੁੰਦੀ ਹੈ, ਜੇ ਮੈਂ ਇਨਸਾਨ ਆ ਤੂੰ ਵੀ ਇਨਸਾਨ ਆ ਭਲਾ, ਤੇਰਾ ਗੁਲਾਹਾ ਥੋੜੀ ਤੱਕਣਾ ਹੁਣ। ਕੋਈ ਨੀ ਮੰਮੀ, ਵੱਡੇ ਗਲਤੀ ਮੰਗ ਦੇਣਾ ਚੰਗੇ ਨੀ ਲੱਗਦੇ ਹੈਗੇ, ਨਾਲੇ ਤੁਸੀਂ ਤਾਂ ਮੇਰੀ ਮਾਂ ਹੋ, ਮੈਂ ਤੁਹਾਡੇ ਤੋਂ ਗਲਤੀ ਕਿਵੇਂ ਮੰਗਵਾ ਸਕਦੀ ਹਾਂ? ਪਰ ਹੁਣ ਤਾਂ ਇੱਕ ਗੱਲ ਆ ਕਾਮਣਗੇ, ਆਹ ਤੂੰ ਭੂਤ ਜ਼ਬਾਰ ਜਿਹਾ ਜਿਹੜਾ ਕਰਿਆ ਨਾ, ਇਹਦੇ ਨਾਲ ਸਾਡੇ ਤਾਂ ਚਾਂ ਦੀ ਕੱਢ ਲਈ ਸੀ, ਮੈਂ ਤਾਂ ਐਂ ਹੋ ਗਿਆ ਸੀ, ਮਸਾਂ ਤਾਂ ਦੇਖ ਲੈ ਗੋਲ ਗੋਲ ਜੀ ਭਾਲ ਕੇ ਲਿਆਂਦੀ ਸੀ, ਆਹ ਕੀ ਪਰਨਾ ਵਰਤ ਗਿਆ, ਲੈ ਦੇਖ ਲਾ, ਚੱਲ ਕਾਮਣੀ ਨੂੰ ਡਰਾ ਦੋ ਸੀ, ਆ ਜਾ ਚਾਹ ਪੀ ਕੇ ਆਪਾਂ ਸਾਰ ਜਾਣੇ, ਆ ਜਾ ਬਣਾਉਣ ਦੀ ਚਾਹ ਮੈਂ। ਪਰਦਾਈ ਬਣਾ ਫਿਰ ਚਾਹ, ਖਾਸੀ ਹੋਈ ਪਿਆ, ਆਟਾ ਉਹਦਾ ਠੋ ਕੇ ਪਾ ਲਈ ਮੜਦਾ, ਵਧੀਆ ਬਣਾਉਣੀ ਆ।
ਚਲੋ ਸ਼ੁਕਰ ਆ ਬਾਬੇ ਦਾ। ਹੁਣ ਨਾ ਫਿਕਰ ਕਰੋ, ਹੁਣ ਨੀ ਸਿੰਘ ਫਸਾਉਂਦੇ ਲੱਗੀ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਨੇ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਨਾ। ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀਗੇ। ਪਹਿਲਾ ਹੈ ਜੀ ਅਮਨਪ੍ਰੀਤ ਕੌਰ, ਲਵਪ੍ਰੀਤ ਸਿੱਧੂ, ਹੈਰੀਮਾਨ, ਅਮਨ ਚਕੇਰੀਆ ਅਤੇ ਅਮਨ ਫੋਟੋਗ੍ਰਾਫੀ, ਅਮਨ ਸਿੱਧੂ, ਦਿਲਸਾਦ ਮਾਲਿਕ, ਸਹਿਜ ਮਾਨਸਾਈਆ, ਪ੍ਰਭ ਸਿੱਧੂ, ਜਗਦੀਸ਼ ਕੌਰ, ਦੀਪ ਸੰਧੂ, ਪ੍ਰਭ ਚਹਿਲ, ਕਿਰਨਜੀਤ ਕੌਰ, ਲਕਸ਼ਦੀਪ ਸ਼ਰਮਾ, ਸੁਰਿੰਦਰ ਸੇਰੋਂ, ਤਾਨੀਆ ਮਲਹੋਤਰਾ, ਸਮਨਪ੍ਰੀਤ ਕੌਰ। ਇਹ ਨੇ ਜੀ ਪਹਿਲੇ 15 ਕਮੈਂਟ। ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਜੋ ਕਿ ਆਪਾਂ ਅਗਲੀ ਵੀਡੀਓ ਤੁਹਾਡਾ ਨਾ ਬੋਲੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਨੇ ਅਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ। ਮਿਲਦੇ ਹਾਂ ਅਗਲੀ ਵੀਡੀਓ ਨਾਲ। ਥੈਂਕ ਯੂ, ਧੰਨਵਾਦ ਸਾਰਿਆਂ। ਹਾਂਜੀ, ਅਤੇ ਅੱਜ ਆਪਣਾ ਸ਼ੂਟ ਕਿਵੇਂ ਦਾ ਰਿਹਾ? ਆਪਾਂ ਸਾਰੇ ਆਰਟਿਸਟਾਂ ਨੂੰ ਪੁੱਛਦੇ ਹਾਂ ਅਤੇ ਆਪਾਂ ਕਰਦੇ ਹਾਂ ਗੱਲਬਾਤ। ਅਤੇ ਅੱਜ ਆ ਜਾ ਸਿਰ ਜੀ, ਸਾਡਾ ਇਹ ਬਾਂਟੀ ਦਾ ਭਰਾ ਹੈ ਜੀ। ਅਤੇ ਹਾਂਜੀ ਮੈਡਮ, ਬੜੇ ਸੋਹਣੇ ਤਰੀਕੇ ਨਾਲ ਕੀਤਾ ਕਿਉਂਕਿ ਬੜੇ ਸੀਨੀਅਰ ਆਰਟਿਸਟ ਨਾਲ ਨਾ। ਬੱਬੂ ਹੋਣੀ ਤੇ ਵਿਸ਼ਾਲੀ ਸਾਡੀ ਬੇਟੀ ਪਹਿਲੀ ਵਾਰੀ ਸਾਡੇ ਚੈਨਲ ਤੇ ਆਈ ਹੈ ਇਧਰਲੇ ਪਾਸੇ, ਬਹੁਤ ਅੱਛਾ ਲੱਗਿਆ ਤੇ ਬਹੁਤ ਵਧੀਆ ਹੈਗਾ। ਵੈਸੇ ਇੱਕ ਪੱਤੀ ਸੱਸ ਨੀ ਗੀ, ਵਿਚਾਰੀ ਸੱਸ ਹੈ ਹਨਾ, ਕਿਉਂਕਿ ਵਿਚਾਰੀ ਬਹੁਤ ਕੰਮ ਕਰ ਰਹੀ ਹੈ ਹਨਾ, ਤੇ ਸਾਰੇ ਘਰ ਦੇ ਕੰਮ ਹਨਾ, ਇਹਦੇ ਵਿੱਚ ਭੂਤ ਆ ਗਿਆ ਸੀ ਹਨਾ, ਵੀ ਤਾਂ ਕਰਕੇ ਹੁਣ ਸਾਰੇ ਕੰਮ ਇਹ ਤੋਂ ਕਰਾ ਰਹੀ ਹੈ ਨਾ, ਹੁਣ ਤਾਂ ਕਰਕੇ ਵਿਚਾਰੀ ਸੱਸ ਹੈ ਨੀ। ਜ਼ਿਆਦਾ ਤੱਕ ਪੱਤੀਆਂ ਸੱਸਾਂ ਹੁੰਦੀਆਂ ਹਨਾ, ਜਿਹੜਾ ਵਿਚਾਰੀ ਵਿਚਾਰੀ 'ਚ ਕੰਮ ਕਰੀ ਜਾਂਦੀ ਜਿਹੜੀ ਹੈ ਨਾ। ਹਾਂ, ਇਹਦੇ ਸੱਚੇ ਭੂਤ ਕਰਤੇ ਗੁਰਮਨ ਸਾਡਾ। ਬਹੁਤ ਕੁਛ ਬਹੁਤ ਘੈਂਟ ਦਾ ਕੰਮ ਸ਼ੂਟ, ਰੀਲਾਂ ਰੂਲਾਂ ਫੁੱਲ ਭਰਾਈਆਂ ਨੇ, ਪੈਣਗੇ ਪਟਾਕੇ ਜਦੋਂ ਆਊਗੀ ਵੀਡੀਓ। ਠੀਕ ਆ ਗਈ, ਸਾਰਾ ਕੰਮ ਆਈ ਜਾਵਾਂ, ਪੂਰਾ ਘੈਂਟ ਚੱਲ ਰਿਹਾ ਕੰਮ, ਚੱਲ ਨਹੀਂ ਰਿਹਾ। ਅੱਜ ਦਾ ਦਿਨ ਹੋ ਗਿਆ, ਬਹੁਤ ਵਧੀਆ ਰਿਹਾ, ਬਹੁਤ ਇੰਜੋਏ ਕੀਤਾ ਅੱਜ ਅਸੀਂ। ਹਾਂਜੀ ਗੁਰੀ ਨੇ, ਹਾਂਜੀ ਬਾਬੂ, ਬਹੁਤ ਸੋਹਣਾ ਕੰਮ ਚੱਲ ਰਿਹਾ ਹੈਗਾ। ਵੱਡੇ 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 ਆਰਟਿਸਟ ਆ ਰਹੇ ਨੇ, ਮੇਨ ਖਾਸ ਸਭ ਤੋਂ ਵੱਧ ਜੇ ਰੌਲਾ ਪਾਉਣਾ ਹੋਵੇ ਰੌਲਾ ਪਾਉਣ ਵਾਸਤੇ ਹਨਾ, ਵੀ ਲੋਕ ਇੱਕ ਵਾਰ ਹੋਰ ਮੈਂ ਕਹਿਣਾ ਮਰਦੀ ਕਦੇ ਵੀ ਹਰੇਕ ਦੇ ਕੰਨ ਜਾ ਗਾਣੇ ਤੋਂ ਬੋਲ ਕੇ ਇਸ ਤੋਂ